ਸਾਡੀ ਬਿਲਕੁਲ ਨੇੜੇ ਆ ਗਈ ਹੈ ਤੇ ਗੱਡੀ ਵੀ ਟੋਰ ਛੱਡੀਆਂ ਸੀ ਜਿਹੜੀਆਂ ਦੋ ਰਹਿ ਗਈਆਂ ਤੇ ਬਾਈਆ ਜਿਹੜਾ ਹੈ ਉਹ ਰੁੱਥੋਇਆ ਵੀ ਬਹੁ ਹੈ ਤੇ ਉਹਨੂੰ ਫੋਨ 'ਤੇ ਪਹਿਲੇ ਤਾਂ ਉਹਨੂੰ ਦੱਸਿੰਦਾ ਹੈਲੋ 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 ਫੋਨ ਨਹੀਂ ਕੋਈ ਨਹੀਂ ਸੁਚਾਵਣਾ ਮੈਨੂੰ ਪਤਾ ਹੈ ਉਸ ਨਾਲ ਫੋਨ ਕੋਈ ਨਹੀਂ ਚਾਵਣਾ ਹੈਲੋ ਹੈਲੋ ਕੋਈ ਨਹੀਂ ਫੋਨ ਜਾਂਦਾ ਪਤਾ ਜੋ ਹੈ ਜਿਹੜੀਆਂ ਗੱਡੀਆਂ ਹੋਈਆਂ ਕੀਤੀਆਂ ਹੋਈਆਂ ਉਹ ਤੂੰ ਸਾਹਮਣੇ ਆ ਜਾਣੀਆਂ ਹੁਣ ਵਿਰਾਜ ਨਾ ਆਵੇ ਤਾਂ ਕਿਹੜੀ ਕੰਮ ਦੀਆਂ ਸ਼ਾਦੀਆਂ ਦੀ ਸ਼ਾਦੀਆਂ ਦਾ ਕੋਈ ਫਾਇਦਾ ਹੀ ਨਹੀਂ ਕਿਉਂਕਿ ਸ਼ਾਦੀਆਂ ਤਾਂ ਆਉਂਦੀਆਂ ਹੋਈਆਂ ਜਨਾਬ ਖੁਸ਼ੀ ਨਾਲ ਬਿਰਾਦਰੀ ਨਾਲ ਬਿਰਾਵਾਂ ਨਾਲ ਬਹਿਣਾਂ ਨਾਲ ਰਿਸ਼ਤੇਦਾਰਾਂ ਨਾਲ ਅਤੇ ਸ਼ਾਦੀਆਂ ਨਾਲ ਉਹ ਨਾ ਹੋਵੇਨ ਤਾਂ ਮੁੜ ਕਿਹੜੀਆਂ ਸ਼ਾਦੀਆਂ ਕੀ ਤਰੀਕਾ ਲਾਈਏ ਤਾਂ ਕੀ ਕਰੀਏ ਵਿਰਾਜ ਨਾ ਆਵੇ ਤਾਂ ਗਲਤ ਗੱਲ ਅਮਨ ਯਾਰ ਹਾਂਜੀ ਅੱਬਾ ਜੀ ਇੱਥੇ ਆਵੇ ਨਾ ਗੱਡੀ ਨੀ ਪੱਕ ਹੋ ਗਈ ਗੱਲ ਤੇ ਦੋ ਦਿਨ ਬਾਕੀ ਪੈਣ ਇੰਤਜ਼ਾਮਾਤ ਵੀ ਸ਼ੁਰੂ ਹੋਣ ਤੇ ਬਿਲਾਲ ਦਾ ਮੈਂ ਫੋਨ ਕੀਤਾ ਉਸ ਚਾਹੇ ਫੋਨ ਹੀ ਕੋਈ ਨਹੀਂ ਕਿਹਾ ਚਾਹਣ ਆਸੂ ਸੱਚਾ ਹੈ ਆਪਣੀ ਜਗ੍ਹਾ 'ਤੇ ਇਸ ਨਾਲ ਗੱਡੀ ਹੋਈ ਕਿਹੜੀ ਹੈ ਜਿਹੜੇ ਨਾ ਜਾਵੋ ਨਾ ਆਵੋ ਨਾ ਗੱਲ ਨਾ ਬਾਤ ਨਾ ਸਲਾਮਾਂ ਲੈ ਕੇ ਅਤੇ ਫੋਨ ਹੀ ਉਹਨੂੰ ਕੀਤਾ ਅਤੇ ਚਾਹਿਆ ਫੋਨ ਹੀ ਕੋਈ ਨਹੀਂ ਸੁਣ ਅਤੇ ਜੇ ਹੁਣ ਵਿਰਾਹ ਵੀ ਨਾ ਆਵੇ ਸ਼ਾਦੀ 'ਤੇ ਤਾਂ ਗੱਲ ਟਕਾ ਹੀ ਨਹੀਂ ਬਣਦੀ ਹੈ ਅਤੇ ਮੈਂ ਤਾਂ ਹੁਣੇ ਮਸ਼ਰਾ ਤੇਰੇ ਕੋਲ ਲਊਆਂ ਤਾਂ ਚਲੋ ਮਸ਼ਰਾ ਦੋਵੇਂ ਪਿਓ ਪੁੱਤ ਲਈਏ ਕਰ ਵੀ ਹੁਣ ਜੇ ਨਾ ਆਵੇ ਤੁਹਾਡਾ ਚਾਚਾ ਅਤੇ ਮੇਰਾ ਵਿਰਾਹ ਨਾ ਆਵੇ ਅਤੇ ਸ਼ਾਦੀ ਦਾ ਸਵਾਲ ਤਾਂ ਕੋਈ ਨਹੀਂ ਬਾਬਾ ਜੀ ਗੱਲ ਤਾਂ ਐਵੇਂ ਤੁਹਾਡੇ ਵਿਰਾਹ ਨਾ ਆਵੇਣ ਅਤੇ ਸ਼ਾਦੀ ਝਸ ਤੱਕ ਆਏ ਨਾਮ ਨਹੀਂ ਹੋਈ ਅਤੇ ਹੁੰਦੇ ਹੀ ਉਹ ਕਿਹਾ ਹੀ ਨਹੀਂ ਲੇਕਿਨ ਵੇਖ ਲਵੋ ਨਾ ਉਹਨਾਂ ਦਾ ਚੱਕਰ ਕਦੀ ਲੱਗਾ ਨਾ ਉਹਨਾਂ ਸਲਾਮ ਦੁਆ ਨਾ ਹਿਸਾਬ ਕਿਤਾਬ ਸਾਰਾ ਰਿਸ਼ਤੇਦਾਰੀ ਸਾਰੀ ਖਰਾਬ ਹੋਈ ਹੋਈ ਹੈ ਤੇਰਾ ਜਨ ਅਸੀਂ ਕਿਹੜੇ ਦਿਨ ਗਏ ਹਾਂ ਉਹ ਤਾਂ ਚਲੋ ਨਹੀਂ ਆਇਆ ਅਸੀਂ ਕਿਹੜੇ ਦਿਨ ਗਏ ਉਹ ਤਾਂ ਗੱਲ ਤੁਹਾਡੀ ਠੀਕ ਹੈ ਲੇਕਿਨ ਹੁਣ ਤੁਹਾਡਾ ਵਿਆਹ ਹੈ ਤੁਸੀਂ ਜਾਣੋ ਬਈ ਕੀ ਸਮਾਨ ਹੁਣ ਤੁਸੀਂ ਲਾਹਣਾ ਹੈ ਉਹ ਮੈਂ ਸਮਝ ਸਕਦਾ ਬਈ ਹੁਣ ਤੁਹਾਡੇ ਵਿਆਹ ਹੈ ਤੇ ਸ਼ਾਦੀ ਦਾ ਮੌਕਾ ਹੈ ਤੇ ਵਿਆਹਾਂ ਤੋਂ ਬਗੈਰ ਦਿਖਦੀ ਨਾ ਹੋਈ ਨਹੀਂ 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 ਤੇ ਵੇਖ ਲਓ ਮੈਨੂੰ ਤਾਂ ਔਖੀ ਗੱਲ ਲੱਗਦੀ ਹੈ ਕਿਉਂਕਿ ਅੱਬਾ ਜੀ ਸਾਡੀ ਜਿਹੜੀ ਮਾਂ ਹੈ ਨਾ ਮਾਂ ਦੇ ਦਿਲ ਬੜੇ ਦੁੱਖ ਹੈ ਦੁੱਖ ਉਹਨਾਂ ਦੇ ਦਿਲ ਵੀ ਹੈ ਤੁਹਾਡੇ ਦਿਲ ਜੀ ਦੁੱਖ ਹੈ ਲੜਾਈਆਂ ਉਦੋਂ ਵੀ ਹੈ ਇਦੋਂ ਵੀ ਹੈ ਲੇਕਿਨ ਆਖਿਰ ਇਹਨਾਂ ਲੜਾਈਆਂ ਦਾ ਇਹਨਾਂ ਰਿਸ਼ਤਿਆਂ ਦੀ ਕੁਝ ਕਦਰ ਹੀ ਤਾਂ ਹੁੰਦੀ ਹੈ ਲੜਾਈਆਂ ਨੂੰ ਮੁਕਾਬਣਾ ਪਾਉਂਦਾ ਹੈ ਇਹ ਰਿਸ਼ਤੇ ਇਹਨਾਂ ਲੜਾਈਆਂ ਦੇ ਵਿੱਚ ਖਤਮ ਹੋ ਜਾਂਦੇ ਤੇ ਖੂਨ ਪਤਲੇ ਹੋ ਜਾਂਦੇ ਨੇ ਇਸ ਖੂਨ ਨੂੰ ਕਿਸੇ ਤਰੀਕੇ ਮੁੜ ਮਿਲਾਈਏ ਮਿਲਾਈਏ ਕਿਵੇਂ ਤਰੀਕਾ ਕਾਰ ਹੀ ਡੋਲਣੀ ਪੈਂਦੀ ਹੈ ਮੈਂ ਹਿੱਕ ਦਾ ਕੰਮ ਨਹੀਂ ਮੈਂ ਇਕੱਲਾ ਜਾ ਕੇ ਬਿਰਾ ਦੇ ਬੂਹੇ ਤੇ ਜਾਵਾਂ ਤੇ ਮੈਨੂੰ ਤੋਂ ਸਾਰਾ ਧੱਕਾ ਮਾਰ ਕੇ ਰੇਡ ਛੋੜਨਾ ਵੀ ਤੂੰ ਰਾਜਾ ਕਿੰਨੇ ਜੀ ਅੱਬਾ ਜੀ ਮੈਂ ਤੁਹਾਡੀ ਜਜ਼ਬਾਤ ਸਮਝ ਸਕਦਾ ਹਾਂ ਕਿਉਂਕਿ ਸ਼ਾਦੀ ਦਾ ਮੌਕਾ ਹੈ ਤੇ ਬਿਰਾਵਾਂ ਤੋਂ ਬਗੈਰ ਤਾਂ ਨਿਭਦੀ ਨਾ ਹੋਈ ਤੇ ਮੈਂ ਨਾ ਵੀ ਅਸੀਂ ਸਾਰਾ ਡੱਬੋ ਵਗ ਜਾ ਵੀ ਇਹ ਅੰਦਰੋਂ ਜਿਹੜੀ ਹੈ ਮੁਨਾਫਕਤ ਹੈ ਅੰਦਰ ਜਿਹੜੀ ਕਾਬੜੀਆਂ ਕਸਾਬੜੀਆਂ ਰਜ਼ਾਏ ਇਲਾਹੀ ਵਾਸਤੇ ਅੱਲਾ ਨੂੰ ਰਾਜ਼ੀ ਕਰਨ ਵਾਸਤੇ ਜੀ ਅੱਲਾ ਇਹਨਾਂ ਗੱਲਾਂ ਤੇ ਰਾਜ਼ੀ ਹੋ ਜਾਵੇ ਹੈਂ ਜੀ ਅੱਬਾ ਸਾਨੂੰ ਹੋਰ ਰਿਸ਼ਤੇ ਵੀ ਅਸਾਂ ਆਪਣੇ ਕਰਨੇ ਨੇ ਸਿੱਧੇ ਖੂਨ ਵੀ ਅਸਾਂ ਆਪਣਾ ਘਾਟਾ ਕਰਨਾ ਹੈ ਕੁਰਬਤ ਅਸਾਂ ਆਪਣੀ ਕਰਨੀ ਹੈ ਬਿਰਾਵਾਂ ਆਪਾਂ ਦੇ ਚ ਰਲਣਾ ਹੈ ਲੇਕਿਨ ਮਾਲਿਕ ਰਾਜ਼ੀ ਹੋ ਜਾਵਣਾ ਤੇ ਮਾਲਿਕ ਰਾਜ਼ੀ ਕਰ ਲਈਏ ਮੈਂ ਆਹਨਾਂ ਮੈਂ ਤੁਸੀਂ ਮਸ਼ਵਰਾ ਕਰ ਲਿਓ ਘਰ ਦੇ ਵਿੱਚ ਗੱਲ ਨਹੀਂ ਹੈ ਕਿ ਮਾਂ ਨਾਲ ਮਸ਼ਵਰਾ ਕਰਨਾ ਪਵਣਾ ਹੈ ਤੇ ਮਾਂ ਬੜਾ ਮੁਸ਼ਕਿਲ ਰਾਜ਼ੀ ਹੋਣਾ ਹੈ ਤੇ ਉਸ ਰਾਜ਼ੀ ਹੋਣਾ ਕੋਈ ਨਹੀਂ ਇਹੋ ਤਾਂ ਮੇਨ ਰੋਲ ਹੈ ਅੱਬਾ ਜੀ ਮੈਂ ਤੁਹਾਨੂੰ ਪਹਿਲੇ ਆ ਕੇ ਹੋਰ ਮੇਰਾ ਜਨ ਗੱਲ ਸਿੱਧੀ ਨੇ ਮੈਂ ਬੜਾ ਸੋਚ ਕੇ ਤੇ ਮੈਂ ਥੱਕ ਗਿਆ ਔਰ ਇਸ ਥੱਕਣ ਤੋਂ ਬਾਅਦ ਮੈਂ ਰਿਜ਼ਲਟ ਕੱਢਿਆ ਕਿ ਉਹਨਾਂ ਤੋਂ ਬਗੈਰ ਮੈਂ ਸ਼ਾਦੀ ਕਰਨੀ ਹੋਣੀ ਉਹਨਾਂ ਨਹੀਂ ਨਾ ਆਉਣਾ ਤੇ ਸ਼ਾਦੀ ਕਿਸੇ ਕੀਮਤ ਤੇ ਨਹੀਂ ਹੋ ਸਕਦੀ ਮੁੜ ਮੈਂ ਵੇਖ ਸਾਂ ਕਿਹੜਾ ਬੰਦਾ ਬਰਾਤ ਲੈ ਆਉਂਦਾ ਤੇ ਕਿਹੜਾ ਲੈ ਜਾਂਦਾ ਮੈਂ ਉਹਦੀ ਬੁੱਧੀ ਵੇਖ ਲਈ ਸਮਝ ਆ ਗਈ
इस दे उत्ते वेख लो भी हुण तुहाडा तमाशा की बनता है। तो मैं हुण मुड़ ये उत्ते जिहड़ा कुछ मैं करना मैं करे सा इंशाला तुहानू सुर लग जा सी पर तुसीं अगर मेरे नाल नहीं टुरना तो किहदे नाल टुरना। और रज़ा इलाही वास्ते तुसां कोशिश कर लिओ आ मशवरा कर लिओ आ ते साडा जामण फर्ज बनता है ते अल्लाह करनी है साडे नाल जे असां जाणा सारिआं नीयत अल्लाह नीयत सीधी नीयत नाल ते मैनूं इमकान है बिरा टोर पोसी ते जे बिरा आ गया ते बस शादियां खुशियां आबादियां वरना बर्बादियां। जगह किसे नूं नहीं देनी चाहीदी विच असीं लोगां नूं जगह दिंदे आ बिरावां नूं जगह निसे दिंदे। बिरावां वास्ते कोई जिहड़ा ना नरमी दा कोई रस्ता अख्तियार करो। मुनाफकत कड्डो अंदरों कावड़ कड्डो फिर मैं भी क्या बात है मालिक ने अपनी रहमत दा नज़ूर शुरू कर देना। अल्लाह भी याद आ गया कि बंदियां दे हकूकां दा ख्याल रखो बिरावां दे हकूकां दा ख्याल रखो। ये हकूक हैं साडे भी साडी शादी ते हो ना आवे ते असीं उहनां दी शादी ते ना जाईए ते अगले की आखण दी है बिरा है ये दुश्मन है एक दूए दे ये दुश्मनियां नूं इहनां नफरतां नूं इहनां नूं सामना चाहीदा इहनां दे उत्ते मशवरा कर। ते मैं ना भी अजो जिहड़ा ना असीं पंज सत बंदे वाडी गवाडी भी लै के ते असीं पूरा टबर सारे ਇੰਦੀਆਂ ਬਣਾ ਲਾ ਗਿਆ ਨਾ ਤੇ ਅਸੀਂ ਜਾ ਕੇ ਉਹਨਾਂ ਨੂੰ ਮਲ ਸੁਣੋ ਕਰੀਏ ਤੇਰਾ ਪੁੱਤਰੋ। ਅੱਛਾ ਮੈਂ ਸੁਣਿਆ ਇਹ ਆਈ ਬਾਈ ਜਿਹੜਾ ਤੇਰਾ ਨਾ ਚਾਚਾ ਜੀ ਉਹ ਤੇਰੇ ਪਿਤਰੇ ਦੀ ਸ਼ਾਦੀ ਪਿਆ ਕਰਦਾ ਉਹ ਅਗਰ ਸਾਧ ਵੀ ਲੈਣ ਤੇ ਸਲਾਹ ਆਈ ਜਾਵਣ ਜਾਵਣ ਦੀ ਜਾਂ ਕੋਈ ਹੈ ਸਾਧੀ ਸੂਜੀ ਦੀ ਕੋਈ ਉਮੀਦ ਹੈ? ਹਾਂ ਹੈ। ਭਾਗ ਜਾਸੇ ਜਾਂ ਨਾ ਜਾਸੇ ਜਾਂ ਕੀ ਅੱਗੇ ਜੀ ਦੋ ਚਾਰ ਸਾਲ ਦੀ ਗੱਲ ਹੈ ਬਈ ਰੋਲੇ ਛੋਲੇ ਆਪਾਂ ਤੇ ਪਏ ਹਾਂ ਰਿਸ਼ਤਿਆਂ ਦੇ ਜੇ ਅਗਰ ਮੇਰਾ ਪੋਤਰ ਤੂੰ ਤੂੰ ਮੇਰਾ ਪਗੜੀ ਵਾਲਾ ਪੋਤਰ ਹੋਇਓ ਅਗਰ ਤੂੰ ਆਖਿਆ ਤਾਂ ਵਗ ਜੈਸਾ ਹੈ ਜੇ ਤੂੰ ਨਾ ਆਖਿਆ ਤਾਂ ਮੇਰਾ ਪੁੱਤਰ ਕੀ ਆ ਜਾਮਣਾ ਹੈ ਬਿਰਾ ਹੈ ਤਾਂ ਮੁੜ ਉਹ ਵੀ ਤਾਂ ਬਿਰਾ ਨਹੀਂ ਬਣਿਆ ਹੈ ਅਸੀਂ ਨਾ ਬਣਸਾ ਹੈ ਉਸ ਆਪਣੀ ਔਲਾਦ ਦੀ ਮੰਨੀ ਹੈ ਤਾਂ ਮੇਰਾ ਚੱਲ ਅਸੀਂ ਆਪਣੀ ਔਲਾਦ ਦੀ ਮੰਨਣੀ ਹੈ ਅਸਾਂ ਚੋਖਾ ਭਾਈ ਬੇਡਾ ਬੱਕਰੀਆਂ ਦੀ ਮੰਨਣੀ ਹੈ ਜੇ ਜੇ ਅਗਰ ਆ ਗਏ ਤਾਂ ਜੀ ਬਿਸਮਿਲਾ ਜੇ ਨਾ ਆਏ ਤਾਂ ਉਹ ਆਪਣੇ ਘਰ ਅਸੀਂ ਆਪਣੇ ਘਰ ਅਸਾਂ ਆਪਣਾ ਰਿਸ਼ਤੇ ਕਰ ਲੈਣ ਉਹ ਆਪਣੇ ਨਾ ਆਪਣੇ ਰਿਸ਼ਤੇ ਕਰ ਲੈ ਤਾਂ ਸਾਨੂੰ ਕੋਈ ਐਡਾ ਹਰ ਰਿਸ਼ਤਾ ਹੈ ਕੋਈ ਨਾ ਮੇਰਾ ਪੁੱਤ ਨਹੀਂ ਕੋਈ ਨਹੀਂ ਆ ਜੀ ਠੀਕ ਹੈ ਜੀ ਚਾਚਾ ਅੰਦਾ ਬਈ ਚਾਚਾ ਇਹਦੇ ਚਾਚਾ ਹੋ ਗਿਆ ਅੰਦਾ ਚਾਚਾ ਆਵਣ ਦਿਓ ਸਾਵਣ ਦੇ ਮੇਰਾ ਪੁੱਤ ਤੇਰਾ ਚਾਚਾ ਹੋਇਆ ਤੇ ਮੇਰਾ ਬਿਰਾ ਹੋਇਆ ਆਵੇ ਉਸ ਦਾ ਘਰ ਕਿਸੇ ਦਾ ਘਰ ਜੀ ਬਿਸਮਿਲਾ ਜੇ ਬਈ ਉਸ ਦਾ ਘਰ ਨਹੀਂ ਗਾਏ ਬੁਝਿਆ ਦਾ ਚਾਚਾ ਅੰਦਾ ਬਿਆ ਓਏ ਹੋ याद किया वफा हो गए खून पतले हो गए अल्लाह करम जी पुत पानी पीवा ही पानी शानी पीवा ही और जी खून खून तो जुदा नहीं होंदा खून खून तो जुदा हो जावे तो ओ खून ओ ता मुक जांदा है जेड़ा पिछला खून भी होवे ਵਾਵਾ ਵੀਰਾ ਵੀ ਆ ਕਮਾਨ ਸਮਾਨ ਤੇ ਬੜੀ ਰੌਣਕ ਤੇ ਸਬਜ਼ੀ ਤੇ ਬੂਹੇ ਤੇ ਚੋਂ ਰੌਣਕ ਬਣਾਈ ਹੋਈ ਨੇ ਮਾਲ ਮੂਲ ਦੀ ਤੇ ਵਾਵਾ ਕੋ ਪਲਾਟ ਬਾਣ ਉਠਵਾਂ ਦਾ ਯਾ ਮੇਰਾ ਵੀਰਾ ਸ਼ੁਕਰ ਅਲਹਮਦੁਲਿਲਾ ਹੈ ਬੜੇ ਨੇ ਹੋ ਗਏ ਆਣ ਮੈਂ ਆਖਿਆ ਅੱਜ ਫੇਰਾ ਹੀ ਮਾਰਿਆ ਵੀ ਹੈ ਕੋ ਰੋਟੀ ਪਾਣੀ ਦਾ ਹੋਰ ਕਰੀਏ ਇਹ ਰੋਟੀ ਪਾਣੀ ਖਾ ਪੀ ਕੇ ਆਇਆ ਅੱਲਾ ਦੀ ਮਿਹਰਬਾਨੀ ਨਾਲ ਜੀ ਪਾਣੀ ਪੀ ਲਿਆ ਜੀ
ਕੋਈ ਨਹੀਂ ਜੀ ਤੇ ਦਿਹਾੜੇ ਆਣ ਮਖਣ ਗੋਸ਼ਤ ਗੋਸ਼ਤ ਬਣਾਈ ਆ ਜਾ ਮੈਂ ਉਹ ਤਾਂ ਪਤਾ ਬਈ ਖਾਦੀ ਪੀਤੀ ਵਧਿਆ ਤੇ ਬਾਹਰ ਮੈਂ ਆਦਾ ਮੇਰਾ ਪੁੱਤਰ ਘਰ ਆ ਕੇ ਰੋਟੀ ਦਾ ਆ ਕੇ ਬਾਈ ਦੁਪਹਿਰ ਉਪਰ ਹੀ ਥਾਈ ਕਰਨਾ ਹੀ ਨਹੀਂ ਤੁਸੀਂ ਮੈਂ ਕਿ ਮੈਂ ਟੀ ਛੁੱਟੀ ਦਾ ਆ ਆਖਿਆ ਆ ਆਖਿਆ ਮਨ ਹੋਰ ਜੀ ਬਸ ਖੈਰ ਖੈਰ ਹੈ ਅੱਲਾ ਨਾ ਕਰੇ ਬੜੀ ਖੁਸ਼ੀ ਹੋਈ ਹੈ ਸਾਨੂੰ ਪਤਾ ਲੱਗਾ ਹੈ ਬਾਈ ਬਤਰੀਆ ਸਾਡਾ ਹੈ ਪਰ ਨੀਂਦਾ ਪਿਆ ਤੇ ਮੈਂ ਆਖਿਆ ਪਤਾ ਨਹੀਂ ਆਈ ਵੀ ਕਿ ਨਹੀਂ बड़े एहसास दे ते कदर दे अगर वो कदर ना करीवे ते वो रिश्ता रिश्ता नहीं रहंदा नहीं रहंदा बिल्कुल नहीं रहंदा ते जेड़ा बिरा होंदा है वो बाइयां होंदियां जे बाज बाइयां जावे ना ते मुड़ इंसान दा वजूद खत्म हो जांदा है काम बाइयां तो बगैर तो होंदा ना होया दे असी आदियां है हो गईयां शादियां जेड़े बाली बच्चे जेड़े परनी गए उन्हां दा हो गया मैं घर मेरे घर भी यो रोले आन मैं अपने पोतरे नूं समझाया है भाई ये रोले खत्म करिए अल्लाह की रजा ते चलिए जेकर ये सारे जिंदगी जाप ते पिया रहा से तो मर जावना है प्यो साडा मर गया क्यों बिरावा इन्हें रोले अज मर गया इन्हें मर जैसा है तो कुछ ना खट के जैसा है सुलो सफाइयां अंदर दियां सफाइयां प्यार मुहब्बत दा बूटा गाड़ के जैसा है तो आवन वाली नसल भी प्यार दा फल खासी ये अगर साढ़े दोवां दे विच अगर लड़ाइयां रहियां जब खाते रहे तो आवन वाली नसल कोई नहीं उन्ना कोई मुहब्बत दे अपने तकाजे पूरे करने लिहाजा ये होगा जेड़े रिश्ते होने पर जेड़े हुण हैं ओ तो एक दूजे नाल कार कूर लईए लाए दे लईए बकाया जड़िया हो गईयां ते अगर कोई मेरे दिल दे विच या तुहाडे दिल दे विच कोई ऐसी भी गल आए तो मैं तो माधरत बिरावा पिया करेना हूं ते बड़ी मेहरबानी मेरा चंद तू है मेरा बतरिया ते मैं भी माधरत चाहना कई मैं तू नीमान उचान हो गई होवे तो माधरत ये होर कई ने साडे लए टक्कर मैं दा इस वास्ते आया हम मैं आज बिरा रुठोया जिया और रुठोया हां ये तो मैं दिल चु कड्डी तो है नहीं ऑटोमेटिक निकल गई हाँ ते गल्ला हुण मैं इस वास्ते आं भी रिश्ते कीते हो आण ते परसों शादी है ते शादी दे तू ना आवे तो मुड़ साडी के ही शादी है ये गल इस वास्ते शादी दे जे आ जी आ बाला इने गल है तू तो वड्डा बिरा होयो पियो होयो तैयार हो ना रोमन शोमन दी है गल काई ना असा तू है वड्डा बिरा तू है प्यो असा आज सा है ओ रोला कोई नहीं जेड़े अगे रिश्ते ना होए उन हथे पाइए पानी मिट्टी पाइए ते पर रोले मुकाइए एक दूए दर आवन जावन बरकरार रखिए मर जावना है अब्बा साडा इन दुखन मर गया अम्मा साडी मर गई बिरावा ते बहरहाल हुणे या जेड़े ना इन्हां ने मुकाइए एक खून का रिश्ता है बड़ा नाजुक रिश्ता है ते इनू कायम करिए लगीता बिछड़ो हो गई अल्लाह की तरफ याद है चाचे दे बाबे दे पैर फाद दो थोड़ा मजे ताप घर 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 मेरा थोड़ी पोत्रो पोत्रो होती है ये तो माजरा माजरा कोई मेरा पोत कोई नहीं ਦੇਖੇ ਨਾ ਰਿਜ਼ਲਟ ਆ ਗਿਆ ਵੀ ਅਸਾਂ ਦੇ ਅਮਰ ਨਾਲ ਵੇਖ ਲਾ ਵੀ ਸੁਣੋ ਉਹਨਾਂ ਦੇ ਅੰਦਰੋਂ ਵੀ ਕਾਵਿਡ ਨਿਕਲ ਗਈ ਸਾਡੇ ਅੰਦਰੋਂ ਕੁੱਤੇ ਨਿਕਲੇ ਉਹਨਾਂ ਦੇ ਅੰਦਰੋਂ ਕੁੱਤੇ ਨਿਕਲੇ ਮੁਹੱਬਤ ਪੈਦਾ ਹੋ ਗਈ ਉਹਦੇ ਨਾਲ ਹੀ ਵੇਖ ਲਾ ਵੀ ਸਾਡੀ ਗੱਲ ਕਰਨ ਤੋਂ ਪਹਿਲੇ ਉਹ ਤਿਆਰੀ ਕਰ ਲਈ ਗੱਲ ਨਹੀਂ ਕਰ ਲਈ ਗੱਲ ਇਹ ਮੇਰਾ ਵੀਰਾ ਮੈਂ ਦੌੜੇ ਇੰਤਿਆਨਾ ਮੈਂ ਜਿਹੜੀਆਂ ਲੱਗੇ ਅਸਾਂ ਉਹ ਕਿਨਾਂ ਹੀ ਕੀਤੀ ਖਲੋਤੇ ਆਸੇ ਅੱਗੇ ਉਹ ਇੱਕ ਪਹਿਲੇ ਹੀ ਕੀਤੇ ਆਸੇ ਤੁਸਾਂ ਤੇ ਮੈਂ ਤੇ ਲਈਆਂ ਦਿੱਤੀਆਂ ਆਸੇ ਮੈਂ ਤਾਂ ਨਾ ਮੈਂ ਉਦੋਂ ਮੈਂ ਆਈ ਕਰਨਾ ਤੇ ਕਿਵੇਂ ਆਈ ਸਿੱਧੇ ਹੋ ਜਾਵੀ ਹੁਣ ਵੀ ਤਾਂ ਚੰਗਿਆ ਪੁੱਤ ਬੈਠਾ ਤੁਹਾਡੇ ਹਾਲ ਤੇ ਉਹ ਪੁੱਤ ਮੇਰੇ ਹਾਲ ਤੇ ਬਾਦੀ ਥਾਂ ਹੀ ਰੋਲਾ ਚ ਮੂੰ ਕਹਿੰਦੇ ਆ ਤੁਸੀਂ ਮੇਰੇ ਹਾਲ ਲੱਗੇ ਆਓ ਤੇ ਮੈਂ ਤੁਹਾਡੇ ਹਾਲ ਲਗਾਓ ਤਾਂ ਫਰਜ਼ ਪੂਰੇ ਹੋ ਜਾਸੇ ਤੇ ਬਸ ਰਿਸ਼ਤੇ ਬਣ ਜਾਸੇ ਇਹਨਾਂ ਦੇ ਬਿਰਾਵਾਂ ਦੇ ਰਿਸ਼ਤੇ ਅੱਗਾਂ ਵੱਧ ਜਾਸੇ ਵੈਸੇ ਦੇ ਉੱਤੇ
दुआ खैर चा आखिए मैदान अल्लाह मालिक करे सानू कामयाबी हो गई है। जेडिया असल मामला ना भाई खराबी घरों आंदी है, घरों क्यों खराबी आंदी है भाई ओ समाणिया बगड़ी बदी हुई होंगी है ते मर्दा दी बगड़ी ओ ला लैंदे ने बगड़ी अपनी मर्द काबू रखे घर नू कंट्रोल रखे अपनी गल ते पक्का रहे ते फिर गल्लां मर्दा नाल लैण समाणिया नाल गल्लां नहीं हैन ते समाणिया नू अपने मकाम ते रखो मशवरा करो लेकिन गल आपस बिरावां दी बिरावां नाल रहे ते रिश्ते इन्हां नू वधावणा चाहीदा इन्हां नू नहीं घटावणा चाहीदा। इस वास्ते एदे उते ख्याल रखो ते एदे उते मजीद दुआ खैर चाखिए ते इस लाइन नू बेहतर करिए। अच्छा एक बिरा बाल बैठन मैं गल एक एक भी करना चाहना भाई रिश्तियां दे विच दरार पावण वाले जेड़े हुंदे ना लोग शैतान ने ओ है शैतान हुंदे उहनां दीआं गल्लां ते कोई अमल ना करे ना, ना किसे दी सुणी वे ते जिहड़ा है ना बेवकूफ बंदा मीटिंग बुला ली मेरा पुत्र आए मामला खराब ही नहीं आए ठीक है ब्रेन वाश करनी चाहिए राह ते लामना चाहिदा है बजाय इस दे कि राह ते पै जावे ते खराबी पैदा हो जावे अपनी पगड़ी अपने हथी रखो ठीक है ना जी चाचा जी अपनी पगड़ी अपने हथी रखा तो मेरे ख्याल दुनिया की काई ताकत सानू नहीं हिला सकती ठीक है ना पैसे दे उते हुण जी हां खैर होवे जी हां गल ए हुण दुआ खैर करिए दुआ खैर करो जी ए हुण दुआ खैर करेंदे आए ते जेड़े हैं ना अपने रिश्ते ओ अपना असे जेड़े हैं ना अपना मंगनी शंगनी असे तय करेंदे आए कोई दिहाड़ शहार चंगे किसी को वेख के ना मौलवी शौलवी के नाल रल के उस तू जा तू वेख्या भाई दिहाड़ केड़ी है दिहाड़ बाले नाल पक्की करिए दुआ मंगो अल्लाहुम्मा अल्लाहुम्मा सल्ले अल्लाह साडिया नेता सिद्धियां हो गईयां असा अंदरों जिहड़ी है ना गुस्सा कावड़ अल्लाह दी रजा वास्ते अल्लाह नु राजी करण वास्ते ओ असा कावड़ गुस्सा खत्म कर छड्या और इन्ना मेरे बिरामा भी खत्म कर छड्या जे मेरी तक गल करण तो पहले उन्हें मुका छड़ी मेरे अल्लाह साडे उते रहमत नाजिल फरमा साडे घर च बरकत अता फरमा शर शैतान तू बचा ते शर इंसान तू भी बचा मेरे अल्लाह जिवें जिवें साडे ए दिल दी मोहब्बत वधदी जासे रिश्ते वधदे जासे मेरे अल्लाह साडे इन्हां दोवां घरां दे उते खुसूसन इतने भी लोग इस चीज नु नोट करे सेन मेरे अल्लाह उन्हां दे घर दे उते रहमत फरमा इस वास्ते कि असी बिरावां दे हकूक नु ख्याल रखिए उन्होंने हकूक पूरे करिए और अपने ईमान दे रहिए और अपने इन रिश्तिया नु कायम और दायम रखिए। रब्बा ना आतिना फिद्दुनिया हसनतन वफिल आखिरति हसनतन वक़िना अज़ाबन्नार।